ਰਾਜੀ ਜੀ ਇਹ ਪੱਟੀ ਲੈ ਜਾ ਪਰਚੀ ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਪੁਆਇੰਟ ਦੇ ਮੁਕਾਬਲਾ ਦਲੇਰ ਖਾਨ ਤੇ ਨੀਰੂ ਗੁਜਰ ਪਹਿਲਵਾਨ ਬੀ ਐਸ ਐਫ ਬੜੀ ਵੱਡੀ ਆਹ ਵੀ ਅੱਜ ਦੀ ਵੱਡੀ ਝੰਡੀਆਂ ਵਿੱਚ ਇੱਕ ਝੰਡੀ ਹੈ। ਇਹ ਦੋ ਨੰਬਰ ਦੀਆਂ ਝੰਡੀਆਂ ਨੇ ਜਿਹੜੀਆਂ ਮੈਦਾਨ ਦੇ ਵਿੱਚ ਚੱਲਦੀਆਂ ਨੇ, ਨਦੀਮ ਨਾਮ ਔਰ ਸੁਰਜੀਤ, ਇਹ ਤਿੰਨੇ ਕੁਸ਼ਤੀਆਂ ਜਿਹੜੀਆਂ ਬਰਾਬਰ ਦੀਆਂ ਨੇ। ਹੱਥ ਖੜਾ ਕਰਦੇ ਮਾਮ ਸਾਹਿਬ ਦਮੇਲ ਚਾਂਦੀ ਪਹਿਲਵਾਨ ਮਹਾਰਾਸ਼ਟਰ
ਪਹਿਲੀ ਗੋਸ਼ਟੀ ਇਹਨਾਂ ਨੌਜਵਾਨਾਂ ਦੀ ਔਰ ਬਿਲਕੁਲ ਨਵੀਂ ਗੋਸ਼ਟੀ ਹੈ। 10 ਮਿੰਟ ਹੈ, 10+3 ਸੁਰਜੀਤ ਅਗਲੀ ਗੋਸ਼ਟੀ ਲਈ ਬਿਲਕੁਲ ਤਿਆਰ ਬਈ ਤਿਆਰ ਰਹੋ। ਸੁਰਜੀਤ ਦੇ ਆਸਮਾਨ ਕਹਿੰਦਾ ਪਤਾ ਲੱਗਦਾ ਵਿੱਚ ਮੈਦਾਨ ਅੰਦਰ ਉਹ ਘਰ ਅੰਦਰ ਤੇ ਚੂਹਾ ਵੀ ਸ਼ੇਰ ਹੁੰਦਾ ਹੈ ਕਿ ਨਸਲਾਂ ਨਸਲਾਂ ਦੇ ਵਿੱਚ ਬੜਾ ਫਰਕ ਹੁੰਦਾ ਹੈ। ਅੰਬ ਅੰਬ ਹੁੰਦਾ ਤੇ ਬੇਰ ਬੇਰ ਹੁੰਦਾ। ਉਹ ਗਿੱਦੜ ਭਾਵੇਂ ਜੰਗਲ ਵਿੱਚ ਫਿਰੇ ਖੁੱਲਾ ਪਰ ਸ਼ੇਰ ਉਹ ਪਿੰਜਰੇ ਦੇ ਵਿੱਚ ਵੀ ਸ਼ੇਰ ਹੁੰਦਾ, ਸ਼ੇਰ ਪਿੰਜਰੇ ਦੇ ਵਿੱਚ ਵੀ ਸ਼ੇਰ ਹੁੰਦਾ। ਵਾਕੇ ਬੱਬਰ ਸ਼ੇਰਾਂ ਦਾ ਯੁੱਧ ਮੈਦਾਨ ਦੇ ਵਿੱਚ ਹੈ। ਹਾਂਜੀ ਖੜਾ ਬਾਬਾ ਫੜਾਈ ਉਧਰ ਚਾਂਦੀ ਤੇ ਨਾਲ ਮਾਮੋ ਹੁਸੈਨ। ਵਾਕਈ ਇਹ ਵੀ ਬਿਲਕੁਲ ਨਵੀਂ ਗੋਸ਼ਤੀ ਹੈ ਔਰ ਅਗਲੀ ਗੋਸ਼ਤੀ ਆਸਮਾਨ ਤੇ ਸੁਰਜੀਤ ਫੋਟੋ ਕਰਾਣੀ ਨਾ। ਸੁਰਜੀਤ ਇੱਥੇ ਆ ਜਾਓ ਗੋਡੇ ਪਾ ਕੇ ਆ ਜਾਓ ਆ ਜਾਓ। ਇਹ ਵੀ ਅੱਜ ਦੀ 2 ਨੰਬਰ ਦੀ ਝੰਡੀ ਹੈ ਸੁਰਜੀਤ ਦੇ ਆਸਮਾਨ। ਚਲੋ 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 ਉਹ ਤਾੜੀਆਂ ਲਾ ਦਿਓ ਜ਼ੋਰਦਾਰ। ਸਾਡੇ ਬਹੁਤ ਹੀ ਸਤਿਕਾਰਯੋਗ ਪੀਲਾ ਪੈਂਚ ਸਾਹਿਬ ਜੀ ਉਹ ਵੀ ਆਏ ਦੇ ਸ਼ਿੰਝੋ ਚ ਪੁੱਜਿਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਵਿਜੇ ਕੁਮਾਰ ਜੀ ਪੁੱਜੇ ਉਹਨਾਂ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ, ਆਏ ਦੇ ਸ਼ਿੰਝ ਮੇਲੇ ਚ ਪੁੱਜਿਆ, ਬਹੁਤ ਬਹੁਤ ਧੰਨਵਾਦ। ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸ਼ਰੀਫ ਜੀ ਨਮਾਈ ਵਾਲੇ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਧੰਨਵਾਦ। ਸਾਡੇ ਤਾਰਾ ਪੰਡਿਤ ਜੀ ਉਹਨਾਂ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ, ਆਦੇਸ਼ ਵਿੱਚ ਪੁੱਜੇ ਹੈ, ਬਹੁਤ ਬਹੁਤ ਧੰਨਵਾਦ। ਸਾਡੇ ਧਨਰਾਜ ਜੀ ਪੁੱਜੇ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੁਰਜੀਤ ਭਾਈ ਸੁਰਜੀਤ ਦੇ ਆਸਮਾਨ ਇੱਧਰ ਆ ਜਾਓ, ਸੁਰਜੀਤ ਆ ਜਾਓ ਆਸਮਾਨ ਜਲਦੀ ਆ ਜਾਓ, ਆ ਜਾਓ ਲਾਓ ਟੀ ਸ਼ਰਟ ਆ ਜਾਓ। ਅੱਜ ਦੀ 2 ਨੰਬਰ ਦੀ ਗੱਡੀ ਹੈ ਆ ਜਾ ਆ ਜਾ ਵੀ ਸਾਡੀ ਪੂਰੀ ਦੰਗਲ ਕਮੇਟੀ ਆ ਜੇ ਤੇ ਅੱਜ ਦੀ 2 ਨੰਬਰ ਦੀ ਝੰਡੀ ਹੈ ਇਹਨੂੰ ਆਸ਼ੀਰਵਾਦ ਦਿਓ। ਆ ਜਾ ਆ ਜਾ ਦੰਗਲ ਕਮੇਟੀ ਬੇਨਤੀ ਹੈ ਆ ਜਾ ਆ ਜਾ ਸਾਡੀ ਸਰਨਾ ਦੰਗਲ ਕਮੇਟੀ ਹੁਣ ਨਾਂ ਤਾਂ ਨਹੀਂ ਪਤਾ ਸਾਰੇ ਆ ਜਾਓ ਆ ਜਾ ਆ ਜਾ ਬੇਨਤੀ ਹੈ ਹੋਈਆ ਨਹੀਂ ਵਿੱਚ ਲਿਆ ਨਾ ਚਲ ਵਿੱਚ